ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵਾਰੀ ਇਸਾਈ ਭਾਈਚਾਰੇ ਦੇ ਇੱਕ ਮੈਂਬਰ ਅਤੇ ਮੁਸਲਿਮ ਭਾਈਚਾਰੇ ਦੇ ਇੱਕ ਮੈਂਬਰ ਨੇ ਬਰਤਾਨੀਆ ਵਿੱਚ ਜੱਜ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਪਵਿੱਤਰ ਗ੍ਰੰਥਾਂ ਨਾਲੋਂ ਵੱਧ ਅਧਿਕਾਰ ਕਿਉਂ ਦਿੱਤਾ ਜਾਂਦਾ ਹੈ ਜਦ ਕਿ ਭਾਰਤ ਵਾਂਗ ਧਰਮ ਨਿਰਪੱਖ ਦੇਸ਼ ਵਿੱਚ ਸਾਰੇ ਗ੍ਰੰਥਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਜੱਜ ਨੇ ਕਿਹਾ ਮੈਂ ਜਾਂਚ ਕਰਾਂਗਾ ਅਤੇ ਤੁਹਾਡੇ ਕੋਲ ਵਾਪਸ ਆਵਾਂਗਾ ਪਰ ਕੀ ਤੁਸੀਂ ਕੱਲ ਨੂੰ ਆਪਣੇ ਨਾਲ ਆਪਣੇ ਪਵਿੱਤਰ ਗ੍ਰੰਥਾਂ ਨੂੰ ਲਿਆ ਸਕਦੇ ਹੋ ਅਗਲੇ ਦਿਨ ਜੱਜ ਨੇ ਦੋਹਾਂ ਨੂੰ ਪੁੱਛਿਆ ਕੀ ਤੁਸੀਂ ਆਪਣੀਆਂ ਪਵਿੱਤਰ ਕਿਤਾਬਾਂ ਆਪਣੇ ਨਾਲ ਲੈ ਕੇ ਆਏ ਹੋ ਭਾਈਚਾਰੇ ਦੇ ਮੈਂਬਰਾਂ ਨੇ ਹਾਂ ਵੇਿ ਜਵਾਬ ਦਿੱਤਾ ਜੱਜ ਨੇ ਕਿਹਾ ਮੈਨੂੰ ਵਿਖਾਓ ਈਸਾਈ ਨੇ ਆਪਣੀ ਪਵਿੱਤਰ ਕਿਤਾਬ ਬਾਈਬਲ ਨੂੰ ਆਪਣੇ ਚਾਦਰ ਵਿੱਚੋਂ ਕੱਢ ਕੇ ਜੱਜ ਦੇ ਸਾਹਮਣੇ ਰੱਖ ਦਿੱਤਾ ਮੁਸਲਮਾਨ ਨੇ ਆਪਣੇ ਥੈਲੇ ਵਿੱਚੋਂ ਪਵਿੱਤਰ ਗ੍ਰੰਥ ਕੁਰਾਨ ਨੂੰ ਕੱਢ ਕੇ ਜੱਜ ਦੇ ਸਾਹਮਣੇ ਰੱਖ ਦਿੱਤਾ ਜੱਜ ਚੁੱਪ ਰਿਹਾ ਕੁਝ ਸਮੇਂ ਬਾਅਦ ਦੋਵਾਂ ਪਾਈਚਾਰੇ ਦੇ ਲੋਕਾਂ ਨੇ ਜੱਜ ਨੂੰ ਕਿਹਾ ਤੁਸੀਂ ਚੁੱਪ ਕਿਉਂ ਹੋ ਜੱਜ ਨੇ ਜਵਾਬ ਦਿੱਤਾ ਮੈਂ ਇੱਕ ਗੁਰਸਿੱਖ ਨੂੰ ਆਪਣਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਲਿਆਉਣ ਲਈ ਕਿਹਾ ਹੈ ਜਿਸ ਤੋਂ ਬਾਅਦ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਕੁਝ ਸਮੇਂ ਬਾਅਦ ਬਾਹਰ ਬਹੁਤ ਰੌਲਾ ਪੈ ਰਿਹਾ ਸੀ ਕੋਝ ਲੋਕ ਆ ਰਹੀ ਕਾਰ ਦੇ ਅੱਗੇ ਸੜਕ ਦੀ ਸਫਾਈ ਅਤੇ ਬੁਰਸ਼ ਕਰਦੇ ਦੇਖੇ ਗਏ ਜਦੋਂ ਕਾਰ ਰੁਕੀ ਕੁਝ ਲੋਕਾਂ ਨੇ ਅਦਾਲਤ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਵੱਲ ਨੂੰ ਜਾਣ ਵਾਲੀ ਕਾਰ ਦੇ ਬਾਹਰ ਗਲੀਚਾ ਵਿਛਾ ਦਿੱਤਾ ਇੱਕ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੜ ਕੇ ਕਾਰ ਵਿੱਚ ਬਾਹਰ ਨਿਕਲਿਆ ਜਦੋਂ ਇੱਕ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰੀ ਲੈ ਕੇ ਆਇਆ ਅਤੇ ਤੀਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੌਰ ਕਰ ਰਿਹਾ ਸੀ ਇੱਕ ਚੌਥਾ ਬੰਦਾ ਜ਼ਮੀਨ ਤੇ ਪਾਣੀ ਛਿੜਕਦਾ ਹੋਇਆ ਰਾਹ ਦੀ ਅਗਵਾਈ ਕਰਨ ਲੱਗਾ ਜਦੋਂ ਇਹ ਸਭ ਚੱਲ ਰਿਹਾ ਸੀ ਤਾਂ ਕੁਝ ਲੋਕ ਪਹਿਲਾਂ ਹੀ ਦਰਬਾਰ ਦੇ ਕਮਰੇ ਵਿੱਚ ਦਾਖਲ ਹੋ ਗਏ ਸਨ ਅਤੇ ਪਾਲਕੀ ਸਾਹਿਬ ਦੇ ਨਾਲ ਉੱਚਾ ਸਿੰਘ ਹਸੰਤਿਆਰ ਕੀਤਾ ਸੀ ਫਿਰ 8 ਤੋਂ 10 ਸਿੱਖ ਪਾਠ ਕਰਦੇ ਹੋਏ ਕਚਹਿਰੀ ਵਿੱਚ ਦਾਖਲ ਹੋਏ ਸਤਨਾਮ ਵਾਹਿਗੁਰੂ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਈਂ ਵਿੱਚ ਬੜੇ ਸਤਕਾਰ ਨਾਲ ਲਿਆਂਦਾ ਗਿਆ ਜੱਜ ਨੇ ਫਿਰ ਇਸਾਈ ਅਤੇ ਮੁਸਲਮ ਦੋਹਾਂ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਵੱਲ ਦੇਖਿਆ ਬਿਨਾਂ ਕੁਝ ਕਹੇ ਦੋਵੇਂ ਆਪੋ ਆਪਣੇ ਪਵਿੱਤਰ ਗ੍ਰੰਥ ਚੁੱਕ ਕੇ ਚਲੇ ਗਏ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਸਤਿਕਾਰ ਹੈ ਸਾਡੇ ਸ਼ਾਨਦਾਰ ਵਿਰਸੇ ਤੇ ਮਾਣ ਕਰੋ ਅਤੇ ਆਪਣੀਆਂ ਗੁਰਸਿੱਖ ਕਦਰਾਂ ਕੀਮਤਾਂ ਨੂੰ ਕਾਇਮ ਰੱਖੋ ਅਨਮੋਲ ਗੁਰੂ ਪਰੰਪਰਾ ਨੂੰ ਸਾਡੇ ਸਿੱਖ ਗੁਰੂਆਂ ਅਤੇ ਅਨੁਯਾਈਆਂ ਦੁਆਰਾ ਬਹੁਤ ਜ਼ਿਆਦਾ ਸਮਰਥਨ ਪ੍ਰਾਪਤ ਹੈ ਸੋ ਪਿਆਰਿਓ ਹਰੇਕ ਉਹ ਗ੍ਰੰਥ ਜਿਸ ਉਤੇ ਅਕਾਲ ਪੁਰਖ ਦੀ ਸਿਫਤ ਸਲਾਹ ਹੋਈ ਹੈ ਉਸ ਦਾ ਸਤਿਕਾਰ ਕਰਨਾ ਬੰਦਾ ਹੈ ਸੋ ਆਓ ਪਿਆਰਿਓ ਆਪਣੇ ਆਪਣੇ ਗ੍ਰੰਥਾਂ ਵੱਧ ਤੋਂ ਵੱਧ ਸਤਿਕਾਰ ਕਰਿਏ ਅਤੇ ਉਸ ਵਿੱਚ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ